ਤਾਂ ਦੋਸਤੋ ਈ ਟੀ ਟੀ ਦੀ ਪ੍ਰੀਖਿਆ ਜਿਹੜੀ ਫਾਈਨਲ ਹੋਈ ਸੀਗੀ ਆਪਣੇ ਕਾਡਰ ਦਾ ਪੇਪਰ ਉਹਦੇ ਵਿੱਚੋਂ ਬਹੁਤ ਸਾਰੇ ਉਮੀਦਵਾਰ ਫੇਲ ਹੋ ਗਏ ਨੇ ਤਾਂ ਜਿਹੜੀ ਕਿ ਮੈਰਿਟ ਲਿਸਟ ਦੀ ਗੱਲ ਵੀ ਹੋ ਰਹੀ ਹੈ ਉਹ ਵੀ ਆਪਾਂ ਸੈਕਿੰਡ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਪਹਿਲਾਂ ਇਹ ਦੱਸਦੀ ਕਿ ਬੱਚੇ ਕਿੱਥੋਂ ਫੇਲ ਹੋ ਗਏ ਸੀ ਤਾਂ ਦੇਖੋ ਜੀ ਦੋਸਤੋ ਨਿਊਜ਼ ਆਈ ਸੀਗੀ ਜਿਹੜੀ ਉਹਦੇ ਵਿੱਚ ਲਿਖਿਆ ਸੀ ਕਿ 19,855 ਵਿੱਚੋਂ 5,000 ਤਾਂ 5,500 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਅੰਕ 50% ਵੀ ਨਹੀਂ ਹੈਗੇ ਮਤਲਬ ਕਿ ਇਹ ਤਾਂ ਸਿੱਧਾ ਸਿੱਧਾ ਹੁਣ 5,000 ਬੱਚੇ ਸਿੱਧਾ ਬਾਹਰ ਹੀ ਨੇ ਬਾਕੀ ਬੱਚੇ 14,000 ਬੱਚੇ ਉਹਨਾਂ ਵਿੱਚ ਵੀ ਦੋਸਤੋ ਬਹੁਤੇ ਉਮੀਦਵਾਰ ਨੇ ਜਿਨ੍ਹਾਂ ਦੇ ਆਹ ਵੇਖੋ ਇੱਥੇ ਫੁੱਲ ਡਿਟੇਲਸ ਦੇ ਵਿੱਚ ਲਿਖਿਆ ਹੋਇਆ ਕਿ 50% ਅੰਕ ਵੀ ਪ੍ਰਾਪਤ ਨਹੀਂ ਕਰ ਸਕੇ ਠੀਕ ਹੈ ਜੀ 19,000 ਬੱਚੇ ਤਾਂ ਬੈਠੇ ਸੀਗੇ ਪ੍ਰੀਖਿਆ ਦੇ ਵਿੱਚ ਪਰ 14,000 ਉਮੀਦਵਾਰਾਂ ਨੇ 50% ਅੰਕ ਵੀ ਹਾਸਲ ਕਰਕੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਲਈ ਮਤਲਬ ਕਿ 14,000 ਬੱਚੇ ਨੇ ਜਿਨ੍ਹਾਂ ਨੇ ਪ੍ਰੀਖਿਆ ਪਾਸ ਕੀਤੀ ਹੈ ਉਹ ਵੀ ਪੰਜਾਬੀ ਦੀ ਕਿਉਂਕਿ ਦੋਸਤੋ ਦੂਜੇ ਨੰਬਰ ਆ ਵੀ ਜਾਣ ਜੇਕਰ ਪੰਜਾਬੀ ਵਿੱਚੋਂ ਫੇਲ ਹੈ ਤਾਂ ਉਹ ਫੇਲ ਹੀ ਮੰਨਿਆ ਜਾਵੇਗਾ ਸੋ ਦੋਸਤੋ ਇਹਦਾ ਵੀ ਮੈਰਿਟ ਲਿਸਟ 'ਤੇ ਬਹੁਤ ਪ੍ਰਭਾਵ ਪਵੇਗਾ ਠੀਕ ਹੈ ਜੀ ਮੈਰਿਟ ਲਿਸਟ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਮੈਰਿਟ ਲਿਸਟ ਇਹਦੇ ਨਾਲ ਥੋੜ੍ਹੀ ਹੋਰ ਘੱਟ ਜਾ ਸਕਦੀ ਹੈ ਸੋ ਧੰਨਵਾਦ ਦੋਸਤੋ ਜੇਕਰ ਤੁਸੀਂ ਵੀ ਇਹ ਵੀਡੀਓ ਵੇਖ ਰਹੇ ਹੋ ਅਤੇ ਈ ਟੀ ਟੀ ਦਾ ਕਾਰਡ ਦਾ ਪੇਪਰ ਦਿੱਤਾ ਸੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਪੰਜਾਬੀ ਵਿੱਚੋਂ ਕਿੰਨੇ ਨੰਬਰ ਬਣ ਰਹੇ ਨੇ ਅਤੇ ਦੂਸਰੇ ਕੇਡਰ ਦੇ ਟੈਸਟ ਵਿੱਚੋਂ ਕਿੰਨੇ ਨੰਬਰ ਬਣ ਰਹੇ ਨੇ ਅਤੇ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਸਬਸਕ੍ਰਾਈਬ ਵਾਲਾ ਬਟਨ ਵੀ ਜ਼ਰੂਰ ਦੱਬ ਦੇਣਾ